जैसा कि आप जानते हैं, मैं हूं आपका यूट्यूब एट जानी। मेरे चैनल को लाइक करना और सब्सक्राइब करना और बेल आइकन को दबाना मत भूलें। ओके, थैंक यू। अस्सलाम वालेकुम दोस्तों, क्या हाल है? ठीक है दोस्तों, उम्मीद करना सारे ठीक है दोस्तों। काफ़ी देख रहे थे, बस खराब है, घर खराब है, पता था कि हम मजा देख फसल इंजॉय करा हुआ, मजा डोर फमा हुआ। मैं मैंने अभी यहाँ पे फसल देखा दोस्तों, सारे देते थे दोस्तों, पहले ज़माने मतलब सारे दाड़े जना बुजुर्ग और चले थे हाथ मोला तेल सस्ते हैं, हर शहर जान चल रहे हाथ ਬਣਾਉਣੀ ਹੁੰਦੀ ਹੈ ਕਿਉਂਕਿ ਜਿਹੜੀ ਇਹ ਕੰਡੀਸ਼ਨ ਹੈ ਬਹੁਤ ਟਫ ਕੰਡੀਸ਼ਨ ਹੈ। ਅਗਰ ਹੁਣ ਅਸਾਂ ਇੱਕ ਪਾਣੀ ਨਾੜੀ ਤੋਂ ਖਾਦ ਨਾੜੀ ਤੋਂ ਤੇ ਸਾਕੂ ਜਿਹੜਾ ਗੰਦਮ ਪੱਕ ਗਈ ਦਾ ਇਹ ਔਸਤ ਉਹ ਹਿਸਾਬ ਦੀ ਕਹਿਣਾ ਰਹੇ ਸੀ ਜਿਵੇਂ ਮਤਲਬ ਸਭ ਕੁਝ ਚਾਹੀਦੀ ਹੁੰਦੀ ਹੈ, ਮਤਲਬ ਇੱਕ ਏਕੜ ਵਿੱਚ ਜਿਵੇਂ ਸਭ ਕੁ 60 ਮਣ 70 ਮਣ ਚਾਹੀਦਾ ਹੁੰਦਾ ਐਵਰੇਜ ਦੇਖਣ ਗਿਣਾ ਇਹ ਉਹ ਹਿਸਾਬ ਨਾਲ ਕਹਿਣਾ ਰਹੇ ਸੀ। ਤੁਸੀਂ ਦੇਖਦੇ ਪਿਓ ਸੋ ਇਹ ਨਾੜੀ ਦੇ ਆ ਗਈ ਹੈ ਅਤੇ ਇਹ ਸਿੱਟਾ ਹੀ ਕਢਾਉਂਦੀ ਪਈ ਹੈ ਗੰਦਮ, ਇਹ ਦੇਖਦੇ ਪਿਓ ਸੋ ਸਿੱਟਾ ਇਹ ਆਇਆ ਖੜ੍ਹੇ। ਇਹ ਕੰਡੀਸ਼ਨ ਬਹੁਤ ਟਫ ਹੈ, ਅਸਾਂ ਇੱਥਾਂ ਹੀ ਅਗਰ ਪਾਣੀ ਨਾ ਦਿੱਤਾ ਦਾ ਅਤੇ ਖਾਦ ਨਾ ਦਿੱਤੀ ਸਾਕੂ ਇਹਨੇ ਐਵਰੇਜ ਨਹੀਂ ਦੇਵਣੀ। ਅਸਲਾਮ ਵਾਲੇਕੁਮ ਦੋਸਤੋ, ਜਿਵੇਂ ਤੁਸੀਂ ਦੇਖਦੇ ਪਏ ਮੇਰਾ ਹਮਸਾਇਆ ਆਓ ਭਾਈ ਜਾਨ ਟੁੱਟਦੇ ਆਓ, ਇਹ ਅਸਾਂ ਮੈਨੇ ਪੈਸੇ ਤੂੰ ਭੂ ਚਾਵਣ ਮਤਲਬ ਇਹ ਮੇਰੇ ਕੋ ਆਖਿਆ ਮੇਰੇ ਕੋ ਇੱਕ ਭਰੀ ਭੂੰਦ ਚਾਹੀਦੀ ਹੈ, ਮੇਰਾ ਭੂ ਗਿਆ ਆਪਣਾ ਮੁੱਖ ਇਹ ਵਜ੍ਹਾ ਕਰ ਮੇਰੇ ਕੋ ਆਖਿਆ ਜੋ ਮੇਰੇ ਕੋ ਇੱਕ ਗੰਢੀ ਭੂੰਦ ਚਾਹ ਦੇ ਅਤੇ ਮੈਂ ਵਹਿੰਦਾ ਪਿਆ ਤੁਹਾਨੂੰ ਲਿਖੇ ਸਾਂ ਬੈਕ ਕੈਮਰਾ ਕਰਦੇ ਸੀ ਮਤਲਬ ਜਿੱਥਾਂ ਸਾਰੀ ਭੂੰ ਦੀ ਦਾੜ ਪਈ ਹੈ। ਤੁਸੀਂ ਦੇਖਦੇ ਪਏ ਮੇਰਾ ਇਹ ਹਮਸਾਇਆ ਤੰਗਾਂ ਵਿਛੇ ਦਾ ਪਏ ਭੂ ਪਾਵਣ ਦੀ ਤਿਆਰੀ ਕਰਨਾ ਪਏ, ਮਤਲਬ ਹੁਣ ਭੂ ਹੀ ਪਏ ਸੀ, ਤੁਸੀਂ ਦੇਖਦੇ ਪਏ ਸੋ ਇਹਦੇ ਇਹ ਮਤਲਬ ਪਾਵਣ ਸ਼ੁਰੂ ਕਰਨ ਦਾ ਪਏ। ਬਾਈ ਜਾਨ ਤੁਸੀਂ ਇੱਥੋਂ ਪਾ ਕੇ ਨਾ ਇੱਥੋਂ ਇਹ ਸਾਈਡ ਚਾਹ ਕੇ ਨਾ ਇੱਥੋਂ ਨਾ ਵਾਲਾ ਸਭ ਬਿਆ ਕਹੀਂ ਕੁੜੇ ਰਸੂ, ਠੀਕ ਹੈ ਬਾਈ ਜਾਨ? ਬਾਈ ਜਾਨ ਦੇਦੇ ਪਏ ਇਹ ਮੇਰਾ ਹਮਸਾਇਆ ਪੈਂਦਾ ਪਏ, ਇਹਦਾ ਨਾਂ ਮੁਹੰਮਦ ਯੂਸਫ ਹੈ, ਦੇਦੇ ਅੱਗੇ ਨਾ ਇਹ ਪੈਂਦਾ ਪਏ ਵਾਲਾ ਡੇਢ ਮਣ ਦੀ ਮਤਲਬ ਇੱਕ ਹੈ ਭਰੀ ਜਿਹੜੀ ਇਹ ਚਾਹੀ ਵੈਂਦੇ ਮਤਲਬ ਇਹ ਅਸਾਂ ਵਹਿੰਦੇ ਪੈਸੇ ਮਤਲਬ ਇਹ ਅਸਾਂ ਹੁਣ ਘਰ ਤੋਂ ਵਹਿੰਦੇ ਪੈਸੇ ਇਹ ਦਰਮਿਆਨੇ ਸਾਧ ਇਹਨਾਂ ਜ਼ਮੀਨ ਦੇ ਵਿੱਚ ਦਰਮਿਆਨੇ ਬਣਨਾ ਉਹ ਬਣਨਾ ਗਿੱਧੀ ਵੈਂਦੇ ਸੇ ਅਤੇ ਹੁਣ ਘਰ ਉਸਨੂੰ ਸਫ਼ਰ